ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲੈ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਹੈ ਕਿ 1 ਜਨਵਰੀ ਦੀ ਰਾਤ ਇੱਕ ਕੰਮ ਕਰੋ ਤੁਹਾਡੇ ਭਾਗ ਆ ਬਦਲ ਜਾਣਗੇ ਕਿਸਮਤ ਵਿੱਚ ਜੋ ਨਹੀਂ ਉਹ ਵੀ ਮਿਲ ਜਾਵੇਗਾ ਨਵੇਂ ਸਾਲ ਵਿੱਚ ਹਰ ਇੱਕ ਮਨੁੱਖ ਦਾ ਇਹ ਇੱਛਾ ਹੁੰਦਾ ਹੈ ਕਿ ਨਵਾਂ ਸਾਲ ਸਾਡੇ ਲਈ ਖੁਸ਼ੀਆਂ ਲੈ ਕੇ ਆਵੇ ਤੇ ਪਰਮਾਤਮਾ ਦੁੱਖਾਂ ਨੂੰ ਸਾਡੇ ਤੋਂ ਕੋਹਾਂ ਦੂਰ ਕਰ ਦੇਵੇ ਇਸਤੇ ਚੱਲਦਿਆਂ ਹਰ ਇੱਕ ਜੀ ਵੱਖ-ਵੱਖ ਪ੍ਰਯਾਸ ਤੇ ਕੋਸ਼ਿਸ਼ਾਂ ਕਰਦੇ ਤਾਂ ਕਿ ਨਵਾਂ ਸਾਲ ਉਹਨਾਂ ਲਈ ਬਿਹਤਰ ਹੋਵੇ ਇਸ ਲਈ ਵੱਖ-ਵੱਖ ਲੋਕਾਂ ਦੀਆਂ ਇਸ ਪਿੱਛੇ ਵੱਖ-ਵੱਖ માનਤਾਵਾਂ ਨੇ ਜਿਵੇਂ ਕਿ ਸਾਊਥ ਅਮਰੀਕਾ ਦੇ ਕੋਲੰਬੀਆ ਦੇਸ਼ ਵਿੱਚ ਰਹਿਣ ਵਾਲੇ ਲੋਕ ਇਸ ਰਾਤ ਆਪਣੇ ਬੈੱਡ ਦੇ ਥੱਲੇ ਤਿੰਨ ਆਲੂ ਰੱਖਦੇ ਨੇ ਇੱਕ ਨੂੰ ਪੂਰੀ ਤਰ੍ਹਾਂ ਛਿੱਲ ਕੇ ਰੱਖਦੇ ਨੇ ਇੱਕ ਨੂੰ ਅੱਧਾ ਛਿੱਲ ਕੇ ਰੱਖਦੇ ਨੇ ਅਤੇ ਇੱਕ ਬਿਨਾਂ ਛਿੱਲਿਆ ਰੱਖਦੇ ਨੇ ਇਹ ਤਿੰਨੇ ਆਲੂ ਆਪਣੇ ਬੈੱਡ ਦੇ ਥੱਲੇ ਰੱਖਦੇ ਨੇ ਉਹ ਇਸ ਨੂੰ ਆਪਣਾ ਇਸ ਦੇ ਨਾਲ ਆਉਣ ਵਾਲਾ ਜੋ ਸਾਲ ਦਾ ਭਵਿੱਖ ਹੈ ਉਹ ਜਾਣਦੇ ਨੇ ਉਹ ਰਾਤ ਨੂੰ ਫਿਰ 12 ਵਜੇ ਅੱਖਾਂ ਬੰਦ ਕਰਕੇ ਤਿੰਨਾ ਆਲੂਆਂ ਦੇ ਵਿੱਚੋਂ ਇੱਕ ਆਲੂ ਚੁੱਕਦੇ ਨੇ ਜੋ ਸਾਰੇ ਸਾਲ ਲਈ ਉਸ ਬੰਦੇ ਦਾ ਜੋ ਹੈ ਕਿੰਦੇ ਭਵਿੱਖ ਦੱਸਦਾ ਹੈ ਇਹ ਜੀ ਉਹਨਾਂ ਦੀ ਧਾਰਮਿਕ માનਤਾਵਾਂ ਤੇ ਉਹਨਾਂ ਦੀ ਭਾਵਨਾ ਹਨ ਗ੍ਰੀਸ ਦੇ ਵਿੱਚ ਲੋਕ ਨਵੇਂ ਸਾਲ ਵਾਲੀ ਰਾਤ ਆਪਣੇ ਮੁਖ ਤਰਵਾਜੇ ਤੇ ਗੰਡਿਆਂ ਦਾ ਜਿਹਨੂੰ ਪਿਆਜ਼ ਵੀ ਕਹਿ ਦਿੰਦੇ ਇਹਨਾਂ ਦਾ ਗੁੱਛਾ ਲਟਕਾਉਂਦੇ ਨੇ ਤਾਂ ਕਿ ਅਗਲਾ ਸਾਲ ਉਹਨਾਂ ਲਈ ਗੁੱਡ ਲੱਕ ਲੈ ਕੇ ਆਵੇ ਉਹ ਇਹ ਵੀ ਕਹਿੰਦੇ ਨੇ ਤੇ ਇਹ ਵੀ ਦਾਵਾ ਕਰਦੇ ਨੇ ਕਿ ਜਿਵੇਂ ਪਿਆਜ਼ ਦੀਆਂ ਜੜ੍ਹਾਂ ਲਗਾਤਾਰ ਵਧਦੀਆਂ ਨੇ ਤੇ ਉਹ ਵਾਧੇ ਦਾ ਪ੍ਰਤੀਕ ਨੇ ਉਸੇ ਤਰ੍ਹਾਂ ਉਹਨਾਂ ਦਾ ਨਵਾਂ ਸਾਲ ਹਰ ਪੱਖ ਤੋਂ ਉਹਨਾਂ ਲਈ ਚੰਗਾ ਹੋਵੇ ਤੇ ਵਾਅਦਾ ਹੀ ਲੈ ਕੇ ਆਵੇ ਇਸੇ ਤਰ੍ਹਾਂ ਜਾਪਾਨ ਦੇ ਵਿੱਚ ਨਵੇਂ ਸਾਲ ਦੀ ਰਾਤ 108 ਵਾਰ ਉਹ ਟੱਲੀ ਨੂੰ ਖੜਕਾਇਆ ਜਾਂਦਾ ਹੈ ਉਹਨਾਂ ਦਾ ਵਿਸ਼ਵਾਸ ਹੈ ਕਿ ਇਹ ਟੱਲੀਆਂ 108 ਤਰ੍ਹਾਂ ਦੀਆਂ ਇੱਛਾਵਾਂ ਪੂਰੀਆਂ ਕਰਦੀ ਹੈ ਅਤੇ 108 ਤਰ੍ਹਾਂ ਦੀਆਂ ਚਿੰਤਾਵਾਂ ਤੋਂ ਮਨੁੱਖ ਨੂੰ ਛੁਟਕਾਰਾ ਦਿਵਾਉਂਦੇ ਨੇ ਤੁਰਕੀ ਦੇ ਵਿੱਚ ਜਿਵੇਂ ਹੀ ਨਵੇਂ ਸਾਲ ਚੜ੍ਹਦਾ ਹੈ ਤੇ ਅਗਲੀ ਰਾਤ ਨੂੰ ਪੂਰੇ 12 ਵਜਦੇ ਨੇ ਤਾਂ ਲੋਕ ਆਪਣੇ ਘਰ ਦੇ ਮੁੱਖ ਦਰਵਾਜ਼ਿਆਂ ਤੇ ਲੂਣ ਦਾ ਛਿੜਕਾਅ ਕਰਦੇ ਨੇ ਉਹਨਾਂ ਦੀ માનਤ ਹੈ ਕਿ ਇਸ ਤਰ੍ਹਾਂ ਨਵੇਂ ਸਾਲ ਤੇ ਘਰ ਸ਼ਾਂਤੀ ਆਉਂਦੀ ਹੈ ਸੁੱਖ ਹੁੰਦਾ ਹੈ ਬਰਕਤ ਵਾਸ ਕਰਦੀ ਹੈ ਤੇ ਹਰੇਕ ਪੱਖ ਤੋਂ ਪਰਿਵਾਰ ਸੁਖੀ ਰਹਿੰਦਾ ਹੈ ਤੇ ਘਰ ਸੰਪੰਨਤਾ ਤੇ ਪਿਆਰ ਦਾ ਮਾਹੌਲ ਬਣਿਆ ਰਹਿੰਦਾ ਹੈ ਕਿ ਆਇਰਲੈਂਡ ਦੇ ਵਿੱਚ ਕੁਝ ਲੋਕ ਆਪਣੇ ਘਰਾਂ ਦੇ ਬਾਹਰ ਇਸ ਦਿਨ ਜੋ ਵੀ ਉਹਨਾਂ ਦੇ ਘਰ ਟੁੱਟਾ-ਭੱਜਾ ਸਮਾਨ ਹੁੰਦਾ ਹੈ ਜਾਂ ਜੋ ਐਸਾ ਲੱਗੇ ਵੀ ਹਾਂ ਘਰ ਦੇ ਵਿੱਚ ਜ਼ਰੂਰਤ ਨਹੀਂ ਉਹ ਚੁੱਕ ਕੇ ਬਾਹਰ ਸੱਟ ਦੇਂਦੇ ਨੇ ਪਾਪ ਦਰਵਾਜ਼ੇ ਦੇ ਬਾਹਰ ਰੱਖ ਦਿੰਦੇ ਨੇ ਅਤੇ ਘਰ 'ਚ ਐਸਾ ਬਿਹਾ ਖਾਣਾ ਜੋ ਖਾਣ ਯੋਗ ਨਹੀਂ ਹੈ ਉਹ ਵੀ ਬਾਹਰ ਰੱਖ ਦਿੰਦੇ ਨੇ ਇਸ ਤਰ੍ਹਾਂ ਮੰਨਦੇ ਨੇ ਕਿ ਘਰ ਦੀ ਨਸਾਰੀ ਨਕਾਰਾਤਮਕਤਾ ਘਰ ਦਾ ਸਾਰਾ ਬੈਡਲਕ ਉਹਨਾਂ ਦੂਰ ਕਰ ਦਿੰਦਾ ਹੈ ਇਹ ਵੱਖ-ਵੱਖ ਲੋਕਾਂ ਦੀਆਂ ਵੱਖ-ਵੱਖ માનਤਾਵਾਂ ਨੇ ਜੋ ਰਾਤ ਨੂੰ ਕਰਦੇ ਨੇ ਕਹਿੰਦੇ ਜਿਸ ਦੇ ਨਾਲ ਪੂਰਾ ਸਾਲ ਚੰਗਾ ਲੰਘੇਗਾ